पंजाब दे किसान यूनियन उगराहां दे प्रधान वल्लों ऐलान किया गया सी कि टोल प्लाज़ियां दे रेट वधाउण दे कारण टोल प्लाज़ियां तों किसान धरने नहीं चुकणगे, परंतु रूपनगर दे विच टोल प्लाज़े शुरू हो चुके ने क्योंकि किसानों वल्लों इत्थे धरने चुक लए गए ने। टोल प्लाज़ा खोलण दे पहले दिन की कुछ हालात रहे रोपड़ दे, खास रिपोर्ट दे विच देखो। रूपनगर तों सज्जन सिंह सैनी दी जीरो लाइन टीवी दे लई रिपोर्ट। मेरा नाम सरबजीत सिंह, रोपड़ तों जी। ਅਸੀਂ ਟੋਲ ਪਲਾਜ਼ੇ 'ਤੇ ਧਰਨਾ ਲਾਉਂਦੇ ਸੀ, ਪੱਕਾ ਸਵਾ ਸਾਲ ਤੋਂ ਲਗਾਤਾਰ ਧਰਨਾ ਚੱਲ ਰਿਹਾ ਸਾਡਾ ਇੱਥੇ ਕਿਸਾਨਾਂ ਵੱਲੋਂ। ਅਤੇ ਪੰਜਾਬ ਜਿਹੜੀ ਉਗਰਾਹਾਂ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਟੋਲਾਂ ਦੇ ਰੇਟ ਵਧੇ ਹੋਏ ਆ, ਵੀ ਟੋਲ ਪਲਾਜ਼ੇ ਬੰਦ ਕਰਨੇ ਆ, ਤੁਹਾਡੇ ਵੱਲੋਂ ਇੱਥੇ ਨਹੀਂ ਬੰਦ ਕੀਤਾ ਗਿਆ, ਕੀ ਕਾਰਨ? ਦੇਖੋ, ਇਹ ਹੈਗਾ ਜੋ ਨੈਸ਼ਨਲ ਹਾਈਵੇ ਹੈਗਾ, ਇਹਨਾਂ ਤੋਂ ਅਸੀਂ ਕੱਲ੍ਹ ਵੀ ਪਤਾ ਕਰਿਆ ਸੀਗਾ ਵੀ ਤੁਸੀਂ ਰੇਟ ਵਧਾਏ ਆ। ਇਹ ਕਹਿੰਦੇ ਵੀ ਅਸੀਂ ਰੇਟ ਨਹੀਂ ਵਧਾਏ ਹੈਗੇ, ਸਾਡੇ ਜਿਹੜੇ ਪਹਿਲਾਂ ਰੇਟ ਆ ਉਹੀ ਵਧਾਏ ਨੇ ਸਰ, 5 ਰੁਪਏ ਵੱਡੀ ਗੱਡੀ ਦੇ ਵਧਾਏ ਨੇ, ਉਹ ਸਾਡਾ ਕਹਿੰਦੇ ਸਲਾਨਾ ਜਿਹੜਾ ਵਾਧਾ ਉਸ ਹਿਸਾਬ ਨਾਲ ਵਧਾਇਆ ਗਿਆ। ਉਹ ਇਹਨਾਂ ਨੇ ਕੋਈ ਰੇਟ ਨਹੀਂ ਵਧਾਇਆ, ਇਸ ਕਰਕੇ ਵੀ ਇਹ ਟੋਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਇਹਨਾਂ ਨੂੰ। ਸੁਣਨ 'ਚ ਆ ਰਹੇ ਕਿ ਵਾਹਨ ਚਾਲਕ ਕਹਿੰਦੇ ਵੀ ਕੀਰਤਪੁਰ ਜਿਹੜਾ ਟੋਲ ਪੰਜਾਬ ਸਰਕਾਰ ਦਾ ਉਹਦੇ ਡਬਲ ਰੇਟ ਹੋਏ ਨੇ, ਉਹ ਲੋਕ ਬਹੁਤ ਪਰੇਸ਼ਾਨ ਉਸ ਨੂੰ ਲੈ ਕੇ, ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕੋਈ ਅੱਗੇ ਐਕਸ਼ਨ ਲੈਣਗੇ? ਦੇਖੋ, ਇਹ ਜਿਹੜੇ ਹੁਣ ਮਤਲਬ ਅਗਰਾਹਾਂ ਗਰੁੱਪ ਨੇ ਜਿਵੇਂ ਕਿਹਾ ਜਾਂ ਅਗਰਾਹਾਂ ਗਰੁੱਪ ਨੇ ਜਿਹੜਾ ਬਾਕੀ ਜਾਂ ਯੂਨੀਅਨ ਵਾਲੇ ਪ੍ਰਧਾਨ ਨੇ ਜਿਹੜੇ ਉਹ ਕਹਿਣਗੇ, ਤਾਂ ਜਿਹੜੇ ਕੀਰਤਪੁਰ ਸਾਹਿਬ ਵਾਲੇ ਏਰੀਆ ਜਿਹੜੇ ਪ੍ਰਧਾਨ ਨੇ ਉਹ ਕਰ ਸਕਦੇ ਆ। ਉਹ ਸਾਜੀ ਰੋਪੜ ਤੋਂ ਬਿਲੋਂਗ ਕਰਦੇ ਆ, ਰੋਪੜ ਦਾ ਟੋਲ ਜਿਹੜਾ ਹੈਗਾ ਇਹ ਸਹੀ ਮੈਨੇ ਚੱਲ ਰਿਹਾ, ਠੀਕ ਚੱਲ ਰਿਹਾ, ਇਸ ਕਰਕੇ ਖੁੱਲ੍ਹਿਆ ਗਿਆ ਜੀ। ਹਾਂਜੀ ਸਰ, ਕੀ ਨਾਮ ਆ ਜੀ? ਹਰਭਜਨ ਸਿੰਘ ਬਾਜਵਾ, ਭਾਰਤੀ ਕਿਸਾਨ ਯੂਨੀਅਨ ਦੁਆਬਾ। ਕਿਵੇਂ ਦੇਖਦੇ ਹੋ, ਇੱਕ ਸਾਲ ਤੋਂ ਕਿਸਾਨਾਂ ਦੇ ਸਿਰ 'ਤੇ ਵਾਹਨ ਚਾਲਕਾਂ ਨੇ ਮੌਜਾਂ ਮਾਣੀਆਂ ਸੀ, ਅੱਜ ਪਰੇਸ਼ਾਨੀ ਵੀ ਹੋ ਰਹੀ ਆ ਅਤੇ ਪੈਸੇ ਵੀ ਦੇਣੇ ਪੈ ਰਹੇ ਆ? ਦੇਖੋ, ਪਹਿਲਾਂ ਸਮੂਥਲੀ ਲੰਘ ਜਾਂਦੇ ਸੀਗੇ ਸਾਰੇ, ਅਤੇ ਗੁਣ ਜਿਹੜੇ ਬੀਜੇਪੀ ਵਾਲੇ ਸੀ ਨਾ, ਗਾਂਦੇ ਇਹਨਾਂ ਦੇ ਹੀ ਸੀਗੇ। ਅੱਜ ਇਹਨਾਂ ਨੂੰ ਪਤਾ ਲੱਗਣਾ ਵੀ ਜੇ 45 ਦੇ 90 ਲੱਗੇ ਉਹਨਾਂ ਦੇ ਵੀ ਲੱਗਣੇ ਆ। ਕਿਸਾਨਾਂ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਪਰੇਸ਼ਾਨੀ ਜਿਹੜੀ ਹੁੰਦੀ ਹੈ ਇਹਨਾਂ ਦਾ ਵੀ ਕੋਈ ਹੱਲ ਕਰਨਾ ਚਾਹੀਦਾ। ਪਰ ਜਿਹੜਾ ਸਾਡਾ ਸੰਯੁਕਤ ਵੱਲੋਂ ਕਾਲ ਸੀਗੀ ਕਿ 4 ਵਜੇ ਚਲਾਉਣਾ, ਇਹਨਾਂ ਲੁੱਟ ਪਾਤੀ ਪਹਿਲਾਂ, ਇਹਨਾਂ ਕੋਲ ਸਾਲ ਸਫ਼ਰ ਕਰ ਲਿਆ, 1-2 ਘੰਟਾ ਨਹੀਂ ਸਫ਼ਰ ਕੀਤਾ ਗਿਆ। ਇਹ ਸਰਕਾਰਾਂ ਨੂੰ ਬੜਾ ਸੰਜੀਵਦੀ ਨਾਲ ਸੋਚਣਾ ਪੈਣਾ ਕਿ ਇੱਕ ਪੈਸੇ ਦੇ ਰਹੇ ਲੋਕ, ਇੱਕ ਮੈਂ ਆਪ 35 ਤੋਂ 40 ਮਿੰਟ 'ਤੇ ਲਾਈਨ 'ਚ ਲੱਗਾ ਹੋਇਆ ਜੀ, ਅਤੇ ਜੋ ਕਾਨੂੰਨ ਕਹਿੰਦਾ ਖੁਰ 12 ਜਾਂ 14 ਮਿੰਟ ਤੋਂ ਜ਼ਿਆਦਾ ਆਪਾਂ ਟੈਕਸ ਨਹੀਂ ਦੇਣਾ, ਦੇਣਾ ਨਹੀਂ ਹੁੰਦਾ ਰੋਡ ਟੈਕਸ। ਇਹ ਫਿਰ ਵੀ ਧੱਕੇ ਨਾਲ ਲੈ ਰਹੇ ਨੇ, ਆ ਜੋ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ। ਲੋਕ ਇਹ ਵੀ ਕਹਿ ਰਹੇ ਆ ਕਿ ਜਿਹੜਾ ਸਰਕਾਰ ਆ ਟੋਲ ਟੈਕਸ ਲੈ ਲਵੇ, ਰੋਡ ਟੈਕਸ ਡਬਲ ਡਬਲ ਟੈਕਸ ਲੈ ਰਹੇ ਲੋਕਾਂ। ਦੇਖੋ, ਜਦੋਂ ਗੱਡੀ ਖਰੀਦਦੇ ਆ 8% ਉਦੋਂ ਲੈ ਲੈਂਦੇ ਆ, ਉਹ ਪਤਾ ਨਹੀਂ ਕਿੱਥੇ ਜਾਂਦਾ। ਇਹੋ ਤਾਂ ਲੁੱਟ ਮਚਾਈ ਹੈ, ਇਹ ਪਰਮਾਤਮਾ ਨੇ ਕਿਰਪਾ ਕੀਤੀ, ਹੁਣ ਪੰਜਾਬ ਵੱਲ ਆਉਣ ਲੱਗੀਆਂ ਜਥੇਬੰਦੀਆਂ, ਕਰਾਂਗੇ ਜੀ, ਧੰਨਵਾਦ ਜੀ। ਕਿਵੇਂ ਦੇਖਦੇ ਹੋ, ਸਾਲ ਬਾਅਦ ਜਿਹੜਾ ਕਿਸਾਨਾਂ ਦੇ ਸਿਰ 'ਤੇ ਮੌਜਾਂ ਮਾਣੀਆਂ ਟੋਲ ਦੇਣੇ ਪੈ ਰਹੇ, ਕਿਵੇਂ ਦੇਖਦੇ ਹੋ? ਨਹੀਂ, ਪਹਿਲਾਂ ਮੌਜਾਂ ਸੀਗੀਆਂ ਐਨ, ਠੀਕ ਹੈ, ਟੂਲ ਪਲਾਜ਼ੇ 'ਤੇ ਕੋਈ ਪ੍ਰੋਬਲਮ ਨਹੀਂ ਸੀਗੀ, ਹੁਣ ਖੜ੍ਹੇ ਪੈਰ ਹੀ ਨਹੀਂ ਚਾਲੂ ਕਰਤੇ, ਹੁਣ ਤਾਂ ਔਖੇ ਆ ਭਾਅ ਜੀ। ਰੇਟ ਵਧਾ ਤੇ ਨਹੀਂ, ਉਹ ਗਲਤ ਕੀਤਾ। ਹਾਂ, ਪੂਰੀ ਕਿਸਾਨਾਂ ਦੀ ਯਾਦ ਆਉਂਦੀ ਆ, ਨਜ਼ਾਰੇ ਲਏ ਕਿਸਾਨਾਂ ਦੇ ਸਿਰ 'ਤੇ, ਕਿਸਾਨ ਏਕਤਾ ਜਿੰਦਾਬਾਦ ਜੀ। ਮੇਜਰ ਸਿੰਘ ਨਾਮ ਹੈ ਵੀਰ। ਹਾਂਜੀ, ਅਸੀਂ ਨਾ ਬੰਗਾ ਤੋਂ ਆਏ, ਆਪਣਾ ਨਵੇਂ ਸ਼ਹਿਰ ਤੋਂ ਆ ਰਹੇ ਇੱਧਰ 'ਤੇ, ਤਾਂ ਹੁਣ 1.5 ਘੰਟਾ ਹੋ ਗਿਆ ਆਪਾਂ ਇੱਥੇ ਰੁਕੇ ਹੋਏ ਹਾਂ ਸਰ। ਉਹ ਦਿਨ ਯਾਦ ਆ ਰਿਹਾ ਕਿਸਾਨਾਂ ਦੇ, 1 ਸਾਲ ਤੋਂ ਬਾਅਦ ਅੱਜ ਸ਼ੁਰੂ ਹੋਇਆ ਟੋਲ। ਹਾਂ ਵੀਰੇ, ਬਹੁਤ ਕਿਸਾਨਾਂ ਨੇ ਤਾਂ ਮੌਜ ਕਰਾ ਕੇ ਰੱਖੀ ਸਾਨੂੰ, ਮਿੰਟੋ ਮਿੱਟੀ ਨਿਕਲ ਜਾਂਦੇ ਤੇ, ਮਿੰਟੋ ਮਿੱਟੀ ਹੁਣ ਪਤਾ ਲੱਗ ਰਿਹਾ ਵੀ ਕਿਸਾਨ ਕਿਆ ਚੀਜ਼ ਤੇ। ਯਾਦ ਆ ਰਹੀ ਹੈ ਦਿਨ? ਹਾਂ ਹਾਂ ਵੀਰੇ, ਯਾਦ ਆ ਰਹੀ ਹੈ ਹੁਣ ਤਾਂ। ਪੈਸੇ ਵੀ ਦੇਣੇ ਪੈ ਰਹੇ, ਪਰੇਸ਼ਾਨ, ਪੈਸੇ ਵੀ ਦੇਣੇ ਪੈਂਦੇ। ਮੈਂ ਕਹਿੰਦਾ ਵੀ ਬੱਚੀ ਮੇਰੀ ਬਿਮਾਰ ਹੈ, ਇਹਨੂੰ ਵੀ ਆਉਂਦੇ ਹੋਏ ਵੀ ਆਪਾਂ ਜਾਮ 'ਚ ਰਹੇ, ਹੁਣ ਫਿਰ ਜਾਮ 'ਚ। ਅਤੇ ਅਗਰ ਕਈ ਲੋਕ ਕਹਿ ਰਹੇ ਕਿ ਸਰਕਾਰ ਟੋਲ ਵੀ ਲਈ, ਰੋਡ ਟੈਕਸ ਵੀ ਲੈ ਰਹੀ ਹੈ, ਟੋਲ ਟੈਕਸ ਵੀ ਬੰਦ ਹੋਣਾ ਚਾਹੀਦਾ ਇੱਕ ਚੀਜ਼? ਹਾਂ, ਇਹ ਤਾਂ ਹੈਗਾ। ਦੇਖੋ, ਇਹ ਬੰਦ ਹੋਣਾ ਚਾਹੀਦਾ, ਮੌਕੇ 'ਤੇ ਹੀ ਕਟਾ ਲਓ, ਜਿਹੜਾ ਰੋਡ ਟੈਕਸ ਆ ਉੱਥੇ ਹੀ ਲੈ ਲਓ ਟੋਲ। ਇਹ ਜਿਹੜਾ ਹੁਣ ਇੱਥੇ ਰੁਕ ਰਹੇ ਹਾਂ, ਆਪਾਂ ਨੂੰ ਕੋਈ ਲੋੜ ਨਾ ਪਵੇ ਰੁਕਣ ਦੀ। ਰੋਡ ਵੀ ਵਧੀਆ ਨਹੀਂ ਹੈ ਬਈ। ਤੁਸੀਂ ਫਾਸਟੈਗ ਰੀਚਾਰਜ ਕਰਵਾ ਲਿਆ ਕਰਾਉਣ ਵਾਲੇ? ਹਲੇ ਬਾਈ ਲੱਗਿਆ ਵਾ, ਦੇਖੋ ਹੁਣ ਕਹਿੰਦੇ ਰੇਟ ਡਬਲ ਵਸੂਲਾਂਗੇ, ਜੁਰਮਾਨਾ ਜੇ ਨਾ ਰੀਚਾਰਜ ਕਰਵਾਇਆ ਕੱਲ ਤੋਂ 2 ਦਿਨ ਬਾਅਦ। ਇਹ ਮਾੜੀ ਗੱਲ ਹੈ, ਵੈਸੇ ਗ੍ਰਾਹਕਾਂ ਨੇ ਕਿਹਾ ਤਾਂ ਦਿਆ ਤਾਂ ਉਹਨਾਂ ਨੇ ਬਿਆਨ, ਹੁਣ ਦੇਖਦੇ ਬਾਈ ਕੀ ਹੁੰਦਾ। ਤੁਸੀਂ ਲਾਓ ਖਬਰ, ਦੇਖੋ ਜੇ ਬਣ ਜੇ ਕਹਿੰਦਾ। ਹਾਂਜੀ ਸਰ, ਕੀ ਨਾਮ ਹੈ? ਡੈਜੀਨੇਸ਼ ਸੁਲੇਮਾਨ ਖਾਨ ਸਰ, ਟੋਲ ਮੈਨੇਜਰ ਸਰ। ਟੋਲ ਦੇ ਬਾਰੇ ਮੈਂ ਕਿਆ ਜਾਣਕਾਰੀ ਹੈ, ਸ਼ੁਰੂਆਤ ਹੋਈ ਹੈ ਅੱਜ, ਕੈਸੇ ਰੇਟ ਬਣਾਏ ਗਏ ਔਰ ਕੈਸੀ ਪਹਿਲੇ ਦਿਨ ਕੈਸੀ ਦਿੱਕਤ ਆ ਰਹੀ? ਸਰ, ਪਹਿਲੇ ਦਿਨ ਤੋਂ ਦਿੱਕਤ ਇਹ ਹੈ ਕਿ ਅਭੀ ਫਾਸਟੈਗ ਰੀਚਾਰਜ ਨਹੀਂ ਕੀਏ, ਜਿਸ ਵਜ੍ਹਾ ਸੇ ਥੋੜ੍ਹੀ ਹਮੇ ਪ੍ਰੋਬਲਮ ਚੱਲ ਰਹੀ ਹੈ ਅਭੀ। ਔਰ ਰੇਟ ਤੋਂ ਹਮਾਰਾ ਕੋਈ ਜ਼ਿਆਦਾ ਨਹੀਂ ਬੜਾ, ਸਿਰਫ 5 ਰੁਪਏ ਬੜੀ ਗਾੜੀਆਂ ਮੇਂ ਬੜੇ ਐਮ ਕਮਰਸ਼ੀਅਲ ਗਾੜੀ ਮੇਂ। ਕੈਸੇ ਬਾਕੀ ਪੰਜਾਬ ਮੇਂ ਔਰ ਜਿਹੜੇ ਹੈ ਜ਼ਿਲ੍ਹੇ ਹੈ ਵਹਾਂ ਪੇ ਅਭੀ ਤੱਕ ਲੋਕ ਕਿਸਾਨੋਂ ਨੇ ਜੋ ਰੱਖੇ ਹੈ ਧਰਨੇ ਰੱਖੇ ਕਿ ਰੇਟ ਬੜਾਏ ਹੈ, ਯਹਾਂ ਪੇ ਐਸੀ ਕੋਈ ਦਿੱਕਤ ਨਹੀਂ? ਨਹੀਂ, ਯਹਾਂ ਪਰ ਕੋਈ ਦਿੱਕਤ ਨਹੀਂ ਆਈ ਸਰ, ਯਹਾਂ ਪਰ ਚੱਲ ਗਏ ਆਰਾਮ ਸੇ। ਮੈਂ ਵਾਹਨ ਚਾਲਕੋ ਸੇ ਕਹਿਣਾ ਚਾਹਤਾ ਹੂੰ ਸਰ, ਕਿ ਆਪਣੇ ਫਾਸਟੈਗ ਰੀਚਾਰਜ ਕਰਾਏ ਜਲਦੀ ਸੇ ਜਲਦੀ, ਤਾਂ ਕਿ ਉਨਕੋ ਅੱਛੀ ਸੁਵਿਧਾ ਮਿਲ ਸਕੇ। ਅੱਛਾ,
कोई फास्ट टैग के लिए नए नियम भी आए हैं, कोई अगर नहीं लगा हुआ तो उसके लिए कोई जुर्माना या फीस वगैरह बढ़ाई है, कोई ऐसे नए नियम? हाँ सर है, डबल चार्ज का है, डबल चार्ज लेते हैं। ये कब से शुरू होंगे? ये सर एक दो दिन की छूट देते हैं, उसके बाद स्टार्ट कर देंगे देना।